ਪਾਸੇ ਤਾਂ ਲੰਗਰਾਂ ਦੇ ਉੱਤੇ ਜਿੱਥੇ ਇੱਕ ਦਿਨ 'ਚ 50,000 ਤੋਂ ਵੱਧ ਦਰਬਾਰ ਸਾਹਿਬ ਹਰਿਮੰਦਰ ਸਾਹਿਬ 'ਚ ਲੋਕ ਜਿਹੜਾ ਫਰੀ ਦੇ ਵਿੱਚ ਮੁਫਤ ਦੇ ਵਿੱਚ ਪ੍ਰਸ਼ਾਦਾ ਛਕਦੇ ਨੇ, ਲੰਗਰ ਛਕਦੇ ਨੇ, ਉੱਥੇ ਤਾਂ ਇਹਨਾਂ ਲੋਕਾਂ ਨੇ GST ਲਾਤਾ ਟੈਕਸ। ਅਤੇ ਜਿਹੜਾ ਬੰਦਾ ਕਰੋੜਾਂ ਰੁਪਈਆ ਰੋਜ਼ ਫੈਕਟਰੀਆਂ ਦੇ ਰਾਹੀਂ ਇਨਕਮ ਕਰਦਾ ਪਿਆ ਕਮਾ ਰਿਹਾ, ਉਹ ਬੰਦੇ ਦੀ ਜਿਹੜੀ ਦਵਾਈਆਂ ਨੇ ਜੇ ਉਹ GST ਤੋਂ ਮੁਕਤ ਰੱਖੀਆਂ ਨੇ ਤਾਂ ਇੱਕ ਬੜੀ ਮਾੜੀ ਗੱਲ ਹੈ। ਇਹ ਸਿੱਖਾਂ ਦੇ ਖਿਲਾਫ ਇੱਕ ਵੱਡੀ ਇੱਕ ਸਾਜਿਸ਼ ਦਾ ਹਿੱਸਾ, ਜਿਹੜਾ ਲੰਗਰਾਂ ਦੇ ਉੱਤੇ GST ਲਾਇਆ ਉਹ ਰਾਮਦੇਵ ਦੀ ਜਿਹੜੀ GST ਬੰਦ ਕਰਨ ਤੋਂ ਇਹ ਇਉਂ ਪ੍ਰਤੀਤ ਹੁੰਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਸਿੱਖ ਸੰਗਤ ਅਤੇ ਯੂਨਾਈਟਿਡ ਸਿੱਖ ਪਾਰਟੀ ਲੰਗਰ ਤੇ GST ਹਟਾਉਣ ਦੇ ਸੰਬੰਧੀ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਜਾਵੇਗੀ। ਇਹ ਧਰਨਾ ਪ੍ਰਦਰਸ਼ਨ 11 ਮਾਰਚ ਨੂੰ DC ਦਫ਼ਤਰ ਅੱਗੇ ਲਾਇਆ ਜਾਵੇਗਾ। ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਲੰਗਰਾਂ ਤੇ GST ਦਾ ਮਤਲਬ ਗੁਰੂ ਦੀ ਗੋਲਕ ਤੇ ਡਾਕਾ। GST ਦੇ ਕਾਰਨ ਗੁਰੂ ਦੀ ਗੋਲਕ ਚੋਂ ਕਰੋੜਾਂ ਰੁਪਏ ਟੈਕਸ ਵਜੋਂ ਵਸੂਲੇ ਜਾ ਰਹੇ ਨੇ, ਜਿਸ ਦੇ ਨਾਲ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਹੈ। ਉਹਨਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਪੱਤਰ ਲਿਖ ਕੇ ਇਸ ਮੁੱਦੇ ਖਿਲਾਫ਼ ਪੰਜਾਬ ਵਿਧਾਨ ਸਭਾ ਅਤੇ ਪਾਰਲੀਮੈਂਟ 'ਚ ਮਤਾ ਭੇਜਣ ਦੀ ਗੱਲ ਆਖੀ ਹੈ। ਬਿਲਕੁਲ ਜੀ, ਬਿਲਕੁਲ ਵੱਡਾ ਸਵਾਲ ਹੈ। ਤੁਸੀਂ ਦੇਖੋ ਇੱਕ ਪਾਸੇ ਤਾਂ ਲੰਗਰਾਂ ਦੇ ਉੱਤੇ ਜਿੱਥੇ ਇੱਕ ਦਿਨ 'ਚ 50,000 ਤੋਂ ਵੱਧ ਦਰਬਾਰ ਸਾਹਿਬ ਹਰਿਮੰਦਰ ਸਾਹਿਬ 'ਚ ਲੋਕ ਜਿਹੜਾ ਫਰੀ ਦੇ ਵਿੱਚ ਮੁਫਤ ਦੇ ਵਿੱਚ ਪ੍ਰਸ਼ਾਦਾ ਛਕਦੇ ਨੇ, ਲੰਗਰ ਛਕਦੇ ਨੇ, ਉੱਥੇ ਤਾਂ ਇਹਨਾਂ ਲੋਕਾਂ ਨੇ GST ਲਾਤਾ ਟੈਕਸ। ਅਤੇ ਜਿਹੜਾ ਬੰਦਾ ਕਰੋੜਾਂ ਰੁਪਈਆ ਰੋਜ਼ ਫੈਕਟਰੀਆਂ ਦੇ ਰਾਹੀਂ ਇਨਕਮ ਕਰਦਾ ਪਿਆ ਕਮਾ ਰਿਹਾ, ਉਹ ਬੰਦੇ ਦੀ ਜਿਹੜੀ ਦਵਾਈਆਂ ਨੇ ਜੇ ਉਹ GST ਤੋਂ ਮੁਕਤ ਰੱਖੀਆਂ ਨੇ ਤਾਂ ਇੱਕ ਬੜੀ ਮਾੜੀ ਗੱਲ ਹੈ। ਇਹ ਸਿੱਖਾਂ ਦੇ ਖਿਲਾਫ਼ ਇੱਕ ਵੱਡੀ ਇੱਕ ਸਾਜਿਸ਼ ਦਾ ਹਿੱਸਾ, ਜਿਹੜਾ ਲੰਗਰਾਂ ਦੇ ਉੱਤੇ GST ਲਾਇਆ ਉਹ ਰਾਮਦੇਵ ਦੀ ਜਿਹੜੀ GST ਬੰਦ ਕਰਨ ਤੋਂ ਇਹ ਇਉਂ ਪ੍ਰਤੀਤ ਹੁੰਦਾ। ਇਸ ਮੌਕੇ ਸਿੱਖ ਸੰਗਤ ਨੇ ਕਿਹਾ ਕਿ 11 ਮਾਰਚ ਨੂੰ ਹੋਣ ਵਾਲਾ ਧਰਨਾ ਪ੍ਰਦਰਸ਼ਨ DC ਦਫ਼ਤਰ ਤੋਂ ਚੱਲ ਕੇ ਖੰਡਾ ਚੌਂਕ ਸ੍ਰੀ ਦੁਖਨਿਵਾਰਨ ਸਾਹਿਬ ਜਾ ਕੇ ਸਮਾਪਤ ਹੋਵੇਗਾ। ਉਹਨਾਂ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਪੰਜਾਬ ਅਤੇ ਹਰਿਆਣਾ 'ਚ ਵੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਅਸੀਂ ਐਤਵਾਰ ਦੇ ਦਿਨ 11 ਮਾਰਚ 2018 ਨੂੰ ਇੱਕ ਧਰਨਾ ਦੇਣ ਜਾ ਰਹੇ ਹਾਂ, ਜਿਸ ਦਾ ਮਕਸਦ ਇਸ GST ਨੂੰ ਰੋਕਣਾ ਅਤੇ ਇਸ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਕਿ ਇਸ ਦੀ ਜਿਹੜੀ ਵੀਡੀਓ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਭੇਜੀ ਜਾਵੇ ਅਤੇ ਜਿਹੜੇ ਉੱਪਰ ਮਹਿਕਮੇ ਦੇ ਵਿੱਚ ਲੋਕ ਬੈਠੇ ਨੇ ਜਿਹੜੇ ਫੈਸਲੇ ਆਪਣੀ ਮਨ ਮਰਜ਼ੀਆਂ ਦੇ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਦੀ ਵੀਡੀਓ ਭੇਜੀ ਜਾਵੇਗੀ। ਅਤੇ ਜੇ ਇਹ ਜਿਹੜਾ ਯਤਨ ਹੈ ਸਾਡਾ ਸਫਲ ਨਹੀਂ ਹੁੰਦਾ ਤਾਂ ਇਸ ਦੇ ਅਗੇਂਸਟ ਅਸੀਂ ਫਿਰ ਹਰ ਥਾਂ 'ਤੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਨੇ ਉੱਥੇ ਇਸ ਦਾ ਵਿਰੋਧ ਜਤਾਇਆ ਜਾਵੇਗਾ। ਕੇਂਦਰ ਸਰਕਾਰ ਵੱਲੋਂ GST ਲਾਏ ਜਾਣ ਤੋਂ ਬਾਅਦ ਗੁਰੂ ਕੇ ਲੰਗਰਾਂ 'ਤੇ ਸਾਲਾਨਾ ਕਰੋੜਾਂ ਰੁਪਏ ਦਾ ਵਾਧੂ ਬੋਝ ਪਿਆ।
ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਪਹਿਲਾਂ ਵੀ ਕਈ ਵਾਰ ਲੰਗਰਾਂ ਤੋਂ GST ਹਟਾਉਣ ਦੀ ਮੰਗ ਕਰ ਚੁੱਕੀਆਂ ਨੇ, ਪਰ ਕੇਂਦਰ ਸਰਕਾਰ ਦੇ ਕੰਨ ਤੇ ਹਾਲੇ ਤੱਕ ਜੂ ਨਹੀਂ ਸਰਕੀ। ਲਿਹਾਜ਼ਾ ਸਿੱਖ ਸੰਗਤਾਂ 'ਚ ਕੇਂਦਰ ਸਰਕਾਰ ਦੇ ਖਿਲਾਫ ਰੋਹ ਵੱਧਦਾ ਹੀ ਜਾ ਰਿਹਾ। ਪਟਿਆਲਾ ਤੋਂ ਅਮਰਜੀਤ ਸਿੰਘ, D5 ਚੈਨਲ ਪੰਜਾਬੀ।